2 ਦਿਨ ਪਹਿਲਾਂ ਯਾਨੀ ਕਿ ਮੰਗਲਵਾਰ ਨੂੰ ਇੱਕ ਟ੍ਰੇਨ ਹਾਦਸਾ ਵਾਪਰਿਆ ਸੀ ਜਿੱਥੇ ਕੀ ਦੇਖਦੇ ਹੀ ਦੇਖਦੇ ਟ੍ਰੇਨ ਪਲੇਟਫਾਰਮ ਤੋੜ ਕੇ ਪਲੇਟਫਾਰਮ ਦੇ ਉੱਪਰ ਚੜ ਜਾਂਦੀ ਹੈ ਉੱਥੇ ਦੱਸਦੀ ਕਿ ਇਸ ਦੌਰਾਨ ਟ੍ਰੇਨ ਇੰਜਨ ਦੇ ਵਿੱਚ ਕੀ ਕੁਝ ਵਾਪਰਦਾ ਇਸ ਨੂੰ ਲੈ ਕੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਕਿ ਮथुरा ਦੀ ਘਟਨਾ ਸੀ ਜਿੱਥੇ ਕਿ ਇੱਕ ਟ੍ਰੇਨ ਪਲੇਟਫਾਰਮ ਤੋੜ ਕੇ ਪਲੇਟਫਾਰਮ ਦੇ ਉੱਪਰ ਚੜੀ ਸੀ ਉੱਥੇ ਦੱਸਦੀ ਕਿ ਇਸ ਦੌਰਾਨ ਇੰਜਨ ਦੇ ਵਿੱਚ ਕੀ ਕੁਝ ਵਾਪਰਿਆ ਹੈ ਇਹ ਪੂਰੀ ਘਟਨਾ ਜਿਹੜੀ ਇਹ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਟ੍ਰੇਨ ਨੂੰ ਜਿਸ ਦੌਰਾਨ ਯਾਰਡ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਇਸ ਦੌਰਾਨ ਨੇ ਲੋਕੋ ਪਾਇਲਟ ਸੀਟ ਤੋਂ ਉੱਠ ਜਾਂਦਾ ਹੈ ਜਿਸ ਤੋਂ ਬਾਅਦ ਲਾਈਟਿੰਗ ਸਟਾਫ ਦਾ ਇੱਕ ਕਰਮਚਾਰੀ ਜੋ ਕਿ ਵੀਡੀਓ ਕਾਲ ਤੇ ਗੱਲ ਕਰ ਰਿਹਾ ਸੀ ਉਹ ਈਐਮਵੀਓ ਦੇ ਇੰਜਨ ਦੇ ਵਿੱਚ ਦਾਖਲ ਹੁੰਦਾ ਉਸਨੇ ਆਪਣੇ ਪਿੱਠ ਦੇ ਉੱਪਰ ਇੱਕ ਬੈਗ ਪਾਇਆ ਹੋਇਆ ਸੀ ਤੇ ਵੀਡੀਓ ਕਾਲ ਦੇ ਦੌਰਾਨ ਹੀ ਉਸ ਦੇ ਵੱਲੋਂ ਬੈਗ ਨੂੰ ਇੰਜਨ ਦੇ ਥ੍ਰੋਟਲ ਤੇ ਰੱਖ ਦਿੱਤਾ ਜਾਂਦਾ ਹੈ ਥ੍ਰੋਟਲ ਜੋ ਕਿ ਇੰਜਨ ਦਾ ਐਕਸਲੇਟਰ ਦੱਸਿਆ ਜਾ ਰਿਹਾ ਹੈ ਤੇ ਇਸੇ ਹੀ ਲਾਪਰਵਾਹੀ ਦੇ ਨਾਲ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਥ੍ਰੋਟਲ ਤੇ ਬੈਗ ਰੱਖਦੇ ਹੀ ਇਹ ਟ੍ਰੇਨ ਨੇ ਚੱਲਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਪਲੇਟਫਾਰਮ ਨੰਬਰ 2 ਨੂੰ ਤੋੜਦੇ ਹੋਏ ਇਹ ਟ੍ਰੇਨ 3 ਮੀਟਰ ਉੱਪਰ ਚੜ ਜਾਂਦੀ ਹੈ ਉਸ ਤੋਂ ਬਾਅਦ ਇੱਕ ਬਿਜਲੀ ਦੇ ਖੰਬੇ ਦੇ ਨਾਲ ਜਾ ਟਕਰਾਂਦੀ ਹੈ ਤੇ ਇਸੇ ਹੀ ਦੌਰਾਨ ਪਲੇਟਫਾਰਮ ਤੇ ਮੌਜੂਦ ਯਾਤਰੀਆਂ ਦੇ ਵਿੱਚ ਹੜਕੰਪ ਮੱਚ ਜਾਂਦਾ ਦੱਸਦੀ ਹੈ ਕਿ ਗਨੀਮਤ ਰਹੀ ਹੈ ਇਸ ਦੌਰਾਨ ਸਟੇਸ਼ਨ ਦੇ ਉੱਪਰ ਜ਼ਿਆਦਾ ਵਿਅਕਤੀ ਮੌਜੂਦ ਨਹੀਂ ਸੀ ਪਲੇਟਫਾਰਮ ਤੇ ਨਹੀਂ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਉੱਥੇ ਦੱਸਦੀ ਹੈ ਕਿ ਟੋਲ ਦੇ ਉੱਪਰ ਇੱਕ ਬੈਗ ਰੱਖਣ ਦੇ ਨਾਲ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਸ ਕਰਮਚਾਰੀ ਦੇ ਵੱਲੋਂ ਥ੍ਰੋਟਲ ਦੇ ਉੱਪਰ ਬੈਗ ਰੱਖਿਆ ਗਿਆ ਇਸ ਦੌਰਾਨ ਉਹ ਵੀਡੀਓ ਕਾਲ ਤੇ ਗੱਲ ਕਰ ਰਿਹਾ ਸੀ ਤੇ ਗੱਲ ਕਰਦੇ ਕਰਦੇ ਹੀ ਇਹ ਹਾਦਸਾ ਵਾਪਰਦਾ ਉੱਥੇ ਦੱਸਿਆ ਕਿ ਜਾਂਚ ਦੇ ਵਿੱਚ ਐਵੇਂ ਗੱਲ ਸਾਹਮਣੇ ਆਈ ਹੈ ਕਿ ਜਿਸ ਵਿਅਕਤੀ ਦੇ ਵੱਲੋਂ ਬੈਗ ਰੱਖਿਆ ਗਿਆ ਉਸਤੇ ਐਨਾਲਾਈਜ਼ਰ ਟੈਸਟ ਦੇ ਵਿੱਚ ਉਸਤੇ ਹਲਕੇ ਨਸ਼ੇ ਦੇ ਵਿੱਚ ਹੋਣ ਦੀ ਪੁਸ਼ਟੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੌਰਾਨ ਉਸਤੇ ਵੱਲੋਂ ਬੈਗ ਰੱਖਿਆ ਗਿਆ ਉਸ ਦੌਰਾਨ ਉਹ ਹਲਕੇ ਨਸ਼ੇ ਦੇ ਵਿੱਚ ਸੀਗਾ ਜਿਸ ਤੋਂ ਬਾਅਦ ਹੁਣ ਉਸੇ ਖੂਨ ਦੇ ਸੈਂਪਲ ਵੀ ਜਿਹੜੇ ਨੇ ਉਹ ਭੇਜ ਦਿੱਤੇ ਗਏ ਨੇ ਦੱਸਿਆ ਕਿ ਇਸ ਪੂਰੀ ਘਟਨਾ ਤੋਂ ਬਾਅਦ ਹੁਣ ਨੇ ਰੇਲਵੇ ਵਿਭਾਗ ਦੇ ਵੱਲੋਂ ਪੰਜ ਜਨਿਆਂ ਨੂੰ ਸ ਲੋਕੋ ਪਾਇਲਟਸ ਨੇ ਪੰਜ ਜਨੇ ਸਸਪੈਂਡ ਕਰ ਦਿੱਤੇ ਨੇ ਉਥੇ ਦੱਸਦੀ ਕਿ ਜਾਂਚ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਹੈ ਕਿ ਸੀਸੀਟੀਵੀ ਵੀਡੀਓ ਕਲਿੱਪ ਦੇ ਅਨੁਸਾਰ ਟ੍ਰੇਨ ਆਉਣ ਤੋਂ ਬਾਅਦ ਰਾਈਟਿੰਗ ਸਟਾਫ ਦਾ ਜਿਹੜਾ ਮੈਂਬਰ ਹੈ ਉਹ ਲਗਾਤਾਰ ਮੋਬਾਈਲ ਫੋਨ ਦੇਖ ਰਿਹਾ ਸੀ ਮੋਬਾਈਲ ਦੇਖਦੇ ਹੋਏ ਵੀਡੀਓ ਕਾਲ ਦੇ ਉੱਪਰ ਗੱਲ ਕਰਦੇ ਹੋਏ ਹੀ ਉਹ ਇੰਜਨ ਦੇ ਵਿੱਚ ਦਾਖਲ ਹੁੰਦਾ ਹੈ ਤੇ ਲਾਪਰਵਾਹੀ ਦੇ ਨਾਲ ਆਪਣੇ ਬੈਗ ਨੂੰ ਕੈਬਿਨ ਦੇ ਉੱਪਰ ਰੱਖ ਕੇ ਮੋਬਾਈਲ ਦੇ ਵਿੱਚ ਬਿਜ਼ੀ ਹੋ ਜਾਂਦਾ ਜਿਸ ਦੇ ਕਾਰਨ ਇਹ ਹਾਦਸਾ ਵਾਪਰਦਾ ਉੱਥੇ ਦੱਸਦੀ ਕਿ ਇਸ ਪੂਰੇ ਹਾਦਸੇ ਦੇ ਵਿੱਚ ਹੋਨੇ ਲੋਕੋ ਪਾਇਲਟਸ ਨੇ ਪੰਜਨਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਥੇ ਦੱਸਦੀ ਕਿ ਮਥੁਰਾ ਰੇਲਵੇ ਸਟੇਸ਼ਨ ਦੀ ਇੱਕ ਟਨ ਹੈ ਜਿੱਥੇ ਕੀ ਲੋਕੋ ਪਾਇਲਟ ਦੇ ਹੇਠਾਂ ਉਤਰਦੇ ਹੀ ਮਿੰਟਾਂ ਦੇ ਵਿੱਚ ਹਾਦਸਾ ਵਾਪਰਦਾ ਤੇ ਟ੍ਰੇਨ ਨੇ ਪਟੜੀ ਤੇ ਰੁਕਣ ਦੀ ਬਜਾਏ ਦੇਖਦੇ ਹੀ ਦੇਖਦੇ ਪਲੇਟਫਾਰਮ ਤੋੜਦੇ ਹੋਏ ਪਲੇਟਫਾਰਮ ਦੇ ਉੱਪਰ ਚੜ ਜਾਂਦੀ ਹੈ ਗਨੀਮਤ ਰਹਿੰਦੀ ਹੈ ਕਿ ਖੰਭੇ ਦੇ ਨਾਲ ਟਕਰਾ ਜਾਂਦੀ ਹੈ ਤੇ ਕੋਈ ਵੱਡਾ ਹਾਦਸਾ ਨਹੀਂ ਵਾਪਰਦਾ ਉੱਥੇ ਯਾਤਰੀ ਘੱਟ ਸੀਗੇ ਜਿਸ ਤੇ ਕਾਰਨ ਕਿਸੇ ਦੇ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਨਹੀਂ ਵਾਪਰਿਆ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦਰੋ ਪੰਜਾਬ ਬੁਲਟਿਨ